ਅਸਲਾਮ ਵਾਲੇਕਮ ਕਿਸਾਨ ਵੀਰੋ ਮੈਂ ਤੁਹਾਡਾ ਵੀਰ ਮੁਸਤਫਾ ﺍﻟवी ਤੇ ਤੁਸੀਂ ਦੇਖ ਰਹੇ ਹੋ ﺍﻟवी ਐਗਰੀਕਲਚਰ ਫਾਰਮ ਲਾਹੌਰ ਤੇ ਅੱਜ ਅਸੀਂ ਜਿਸ ਟੌਪਿਕ ਤੇ ਗੱਲ ਕਰਨ ਲੱਗੇ ਆਂ ਤੁਸੀਂ ਲਸਣ ਦੇਖ ਰਹੇ ਹੋ ਲਸਣ ਦੀਆਂ ਤਾਂ یوں ਤੇ ਬਹੁਤ ਕਿਸਮ ਹੈਗੀਆਂ ਮੈਂ ਤੇ ਪਾਕਿਸਤਾਨ ਦੇ ਵਿੱਚ ਤੇ ਆਪਣਾ ਦੇਸੀ ਲਸਣ ਹੈ ਜਾਂ ਹਰਨਾਈ ਲਸਣ ਹੈ ਜਾਂ ਕੁਹਾਟੀ ਹੈ ਤੇ ਇਹ ਬਨੂ ਗਾਰਲਿਕ ਹੈ ਤੇ ਨਾ ਇਹ ਕੁਹਾਟੀ ਹੈ ਨਾ ਇਹ ਬਨੂ ਗਾਰਲਿਕ ਹੈ ਇਹ ਅਸੀਂ ਪੀਰੂ ਦੇ ਵਿੱਚੋਂ ਅਮਰੀਕਾ ਦੇ ਵਿੱਚੋਂ ਜਨਾਬ ਅਸੀਂ ਫਸਟ ਟਾਈਮ ਅਲਵੀ ਐਗਰੀਕਲਚਰ ਫਾਰਮ ਚ ਇਹ ਲਸਣ ਦੀ ਨਸਲ ਮਗਾਈ ਹੈ ਜਿਹੜੀ ਹੈ ਇਹਨੂੰ ਰੈੱਡ گارਲਿਕ ਕਿਹਾ ਜਾਂਦਾ ਵੈ ਠੀਕ ਹੈ ਇਹਨੂੰ ਤੁਸੀਂ ਪਿੰਕ گارਲਿਕ ਵੀ ਕਹਿ ਸਕਦੇ ਜੇ ਰੈੱਡ گارਲਿਕ ਕਹਿ ਸਕਦੇ ਜੇ ਇਹਦੀ ਤੁਰੀ ਕਿੱਡੀ ਸਾਈਜ਼ ਦੀ ਹੈ ਤੇ ਕਿੱਡੀ ਹੁੰਦੀ ਹੈ ਤੇ ਇਹਦੀ ਤੁਰੀ ਜਿਹੜੀ ਹੈ ਜੀ 1 گارਲਿਕ ਜਿਹੜਾ ਪਾਕਿਸਤਾਨ ਚ ਮਾਸ਼ਾਅੱਲਾ ਬੜਾ ਚਰਚਾ ਵੈ ਅੱਛਾ ਲਸਣ ਹੈ ਉਹ ਵੀ ਲੇਕਿਨ ਇਹਦੀ ਤੁਰੀ ਜੀਵਨ ਮੰਗੂ ਹੈ ਤੇ ਇਹਦੀ ਤੁਰੀ ਦਾ ਜਿਹੜਾ ਵੈ ਆਪਣਾ ਸਾਈਜ਼ ਵੀ ਚੰਗਾ ਵੱਡਾ ਦੇਸੀ ਨਾਲੋਂ ਠੀਕ ਹੈ ਅਸੀਂ ਹੁਣ ਦੇਸੀ ਦੀ ਗੱਲ ਕਰਕੇ ਇਹ ਦੇਸੀ ਦੇ ਵਿੱਚ ਲਸਣ ਹੈ ਔਰ ਈਡਾ ਹਾਰਡ ਲਸਣ ਹੈ ਏਡੀ ਇਹਦੀ ਇਹ ਮਜ਼ਬੂਤੀ ਹੈ ਕਿ ਯਕੀਨ ਕਰੋ ਇਹ ਮਲਾਦਾ 2 ਸਾਲ ਵੀ ਜਿਹੜਾ ਵਾ ਇਹਦੇ ਵਿੱਚੋਂ ਜਿਹੜਾ ਵਾ ਉਹ ਫਟ ਨਹੀਂ ਸਕਦਾ ਹੁਣ ਅਸੀਂ ਗੱਲ ਕਰਨ ਲੱਗੇ ਕਿ ਆ ਪਾਕਿਸਤਾਨ ਦੇ ਵਿੱਚ ਫਸਟ ਟਾਈਮ ਐਕਸਪੈਰੀਮੈਂਟ ਅਸੀਂ ਐਲਵੀ ਐਗਰੀਕਲਚਰ ਫਾਰਮ ਵਾਲੇ ਕਰਨ ਲੱਗੇ ਆ ਤੇ ਦਵਾ ਗੋਆ ਤੇ ਤੁਹਾਡੀਆਂ ਦਵਾਵਾਂ ਦੀ ਬਹੁਤ ਜ਼ਰੂਰਤ ਹੈ ਕਿ ਇਹਦਾ ਐਕਸਪੈਰੀਮੈਂਟ ਜਿਹੜਾ ਮੈਂ ਪਾਕਿਸਤਾਨ ਚ ਕਾਮਯਾਬ ਹੋ ਜੇ ਅਗਰ ਇਹ ਪਾਕਿਸਤਾਨ ਚ ਕਾਮਯਾਬ ਹੋ ਜਾਂਦਾ ਤੇ ਇਹ ਲਸਣ ਜਿਹੜਾ ਵੈ ਅਲhamdulillah ਸਾਡੇ ਮੁਲਕ ਦੇ ਵਿੱਚ ਗੇਮ ਚੇਂਜਰ ਹੈਗਾ ਵੈ ਕਿ ਇਹ ਜਿਹੜਾ ਲਸਣ ਹੈ ਇਹ ਐਡਾ ਬੈਨੀਫਿਟ ਹੈ ਕਿ ਦੇਸੀ ਨਾਲ ਜ਼ਿਆਦਾ ਦੇਸੀ ਨਾਲ ਜ਼ਿਆਦਾ ਇਹਦਾ ਜ਼ਾਇਕਾ ਜੇ ਤੁਰਸ਼ ਜੇ ਕੜਵਾ ਜੇ ਜ਼ਿਆਦਾ ਔਰ ਇਹਦਾ ਵਜ਼ਨ ਬਹੁਤ ਜ਼ਿਆਦਾ ਹੈ ਠੀਕ ਹੈ ਆ ਤੁਸੀਂ ਤੁਰੀਆਂ ਵੇਖ ਰਹੇ ਜੀ 1 2 3 4 5 6 7 8 ਤੁਰੀਆਂ 8 ਗੰਡੀਆਂ ਪਈਆਂ ਵੇ ਇਹ ਇਸ ਟਾਈਮ 1 ਕਿਲੋ ਵਜ਼ਨ ਦੀਆਂ ਗੰਡੀਆਂ ਪਈਆਂ ਵੇ ਸੁੱਕਾ ਆ ਸੁੱਕਾ ਇਹ ਵੇਖੋ ਨਾ ਠੀਕ ਹੈ ਨਾ ਬਿਲਕੁਲ ਸੁੱਕਾ ਤੇ ਇਹ ਜਨਾਬ ਅਲਹਮਦੁਲਿਲਾ ਅਸੀਂ ਇਹਨੂੰ ਸਵੇਰ ਕਾਸ਼ ਕਰਾਂਗੇ 1:3 ਹੈਗੀ ਹੈ ਅੱਜ ਰਾਤ ਹੈ ਤੇ 24 ਨਵੰਬਰ 2023 ਹੈ ਬਰੋ ਦਾ ਜੁਮੇ ਦਾ ਸੀਗਾ ਇਸ ਟਾਈਮ ਰਾਤ ਦੇ 10 ਵਜੇ ਮੈਂ ਹੁਣੇ 에ਰਪੋਰਟ ਤੋਂ ਇਹ ਪਾਰਸਲ ਲੈ ਕੇ ਆਇਆ ਤੇ ਮੈਂ ਕਿਹਾ ਜੀ ਟੱਡ ਨਾਲ ਜਿਹੜਾ ਸ਼ੇਅਰ ਕੀਤਾ ਜਾਵੇ ਤੇ ਵੀਡੀਓ ਜਿਹੜੀ ਮੈਂ ਹਾਂ ਜੀ ਫੜ ਕੇ ਤੇ ਮੈਂ ਬਣਾਤੀ ਹੈ ਬਾਕੀ ਇਹ ਇੱਕ ਇਨਸ਼ਾਅੱਲਾ ਇਹ ਸਾਰਾ ਲਸਣ ਆਇਆ ਪਿਆ ਹੋਇਆ ਕੋਈ ਥੋੜਾ ਨਾ ਸਮਝੋ ਕਿ ਭਾਈ ਪਤਨੀ ਕੀ ਗੱਲ ਹੈ ਤੇ ਪਰਾ ਤੋੜਿਆਂ ਚ ਵੀ ਪਿਆ ਹੋਇਆ ਤੇ ਇਹ ਜਨਾਬੇ ਵਾਲਾ ਉਹ ਲਸਣ ਹੈ ਜਿਹੜਾ ਅਸੀਂ ਜਿਹੜਾ ਅਲਹਮਦੁਲਿਲਾ ਮਗਾ ਕੇ ਤੇ ਹੁਣ ਕਾਸ਼ ਕਰਨ ਲੱਗੇ ਆ ਤੇ ਲਸਣ ਤੁਸੀਂ ਚੈੱਕ ਕਰੋ ਠੀਕ ਹੈ ਤੇ ਜੀ ਨੂੰ ਕੰਦੇ ਦੀ ਪਿੰਕ گارਲਿਕ ਤੇ ਰੈਡ گارਲਿਕ ਮੈਂ ਇਹਦਾ ਨਾਮ ਰੈਡ گارਲਿਕ ਰੱਖਿਆ ਹੋਇਆ ਹੈ ਬਾਕੀ ਇਹ ਹੈ ਕਿ ਅਲਹਮਦੁਲਿਲਾ ਇਹ ਕਾਮਯਾਬ ਹੋਏਗਾ ਤੁਹਾਨੂੰ ਮਕਸਦियत ਤੁਰੀ ਦਿਹਾਉਣਾ ਤੁਰੀ ਜਿਹੜੀ ਹੈ ਬਹੁਤ ਵੱਡੀ ਹੈ ਔਰ ਆਨ ਵਾਲੇ 1-2 ਸਾਲਾਂ ਚ ਗੇਮ ਚੇਂਜਰ ਸਾਬਤ ਹੋਏਗਾ ਸਾਡੇ ਕੋਲ ਤਾਂ ਸੀਡ ਹੈ ਜਿਹੜਾ ਅਗਲੇ ਸਾਲ ਦੇਣ ਵਾਸਤੇ ਤਬਾ ਮੁਸ਼ਕਲ ਹੈ ਬਾਕੀ ਇਹ ਕਿ ਦਵਾਗੋ ਇਹ ਹੈ ਕਿ ਇਹ ਕਾਮਯਾਬ ਹੋ ਜਾਏ ਪਾਕਿਸਤਾਨ ਦੇ ਵਿੱਚ ਇਨਸ਼ਾਅੱਲਾ ਉਮੀਦ ਹੈ ਕਿ ਕਾਮਯਾਬ ਹੋਏਗਾ ਇਹ ਲਸਨ